ਪਾਪਾ ਮੈਨੂੰ ਹੋਣੀ ਚਾਹੀਦੀ। ਪੜ੍ਹ ਲਿਆ ਕਿ ਨਾ? ਪੜ੍ਹ ਨੂੰ ਤਾਂ ਤੂੰ ਹਰੇ ਨਾ ਪਿੱਛੇ ਫੋਨ ਤੈਨੂੰ ਦੇ ਦੇ, ਲੈ ਪੜ੍ਹ। ਜੇ ਤੇਰੀ ਮੰਮਾ ਨੇ ਦੇਖ ਲਿਆ ਨਾ ਤੇਰੀ ਰਿਪੇਅਰ ਹੁੰਦੀ ਦੇਖੀ। ਚੱਕ ਲਿਆ ਫੋਨ ਇਹਨੇ, ਪੜ੍ਹਦਾ ਤਾਂ ਹੈ ਨਹੀਂ, ਫੋਨ ਚੱਕ ਲਓ ਪਹਿਲੇ ਨੰਬਰ ਤੇ ਆ। ਚੱਲ ਕੋਈ ਨਹੀਂ, ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਵਾਂ ਜੀ। ਹਜੇ ਮੈਂ ਰੋਟੀ ਹੁਣ ਖਾਧੀ ਆ, ਠਹਿਰ ਕੇ ਬਣਾ ਲਈ। ਅੱਛਾ, ਆਪਣੀ ਜੀਰੀ ਕਿਵੇਂ ਹੋ ਗਈ? ਜੀਰੀ ਐਤਕੀ ਵਧੀਆ ਨਿਕਲ ਗਿਆ ਝਾੜ, ਐਤਕੀ ਤਾਂ ਬਹੁਤ ਸੋਹਣਾ ਝਾੜ ਹੋਇਆ। ਚਲੋ ਵਧੀਆ। ਅਤੇ ਆ ਕਣਕ ਦਾ ਬੀਜਾ ਬਿਜਾਈ ਕਰ ਲਈ? ਹਾਂ, ਕਣਕ ਦਾ ਵੀ ਨਿਬੜ ਗਿਆ। ਅੱਛਾ, ਅਤੇ ਆਹ ਆੜਤੀ ਨੇ ਕਰ ਲਿਆ ਸਭ ਆਪਾਂ? ਹਾਂ, ਆੜਤੀ ਦਾ ਵੀ ਹਿਸਾਬ ਹੋ ਗਿਆ। ਤੂੰ ਕੀ ਬੁਝਾਰਤਾਂ ਦੀਆਂ ਪਾਈ ਜਾਂਦੀ ਆ, ਐਂ ਕਾਹਤੋਂ ਪੁੱਛ ਰਹੀ ਆ? ਉਹ ਨਾ ਵੱਡੀ ਭੈਣ ਦਾ ਫੋਨ ਆਇਆ ਸੀ, ਉਹਦੇ ਦਿਓਰ ਨੇ ਬਾਹਰ ਨਹੀਂ ਜਾਣਾ, ਉਹਦੀ ਨਾ ਫਾਈਲ ਲਾਈ ਹੋਈ ਆ, ਅਤੇ ਉਹਨਾਂ ਨੇ ਨਾ ਪਹਿਲੀ ਵਾਰ ਕੋਈ ਸਵਾਲ ਪਾਇਆ ਆਪਾਂ ਨੂੰ। ਤੁਹਾਨੂੰ ਪਤਾ ਆਪਣੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ, ਕਦੇ ਕੋਈ ਸਵਾਲ ਨਹੀਂ ਪਾਇਆ। ਇਹੋ ਜਿਹਾ ਕੀ ਸਵਾਲ ਪਾਤਾ ਤੂੰ? ਕੀ ਬੁਝਾਰਤਾਂ ਜਿਹਾ ਪਾਰੀਆਂ ਦੱਸ। ਉਹਨਾਂ ਨੂੰ ਨਾ 2 ਲੱਖ ਰੁਪਇਆ ਚਾਹੀਦਾ। ਉਹ ਮੋੜ ਦੇਣਗੇ ਕਹਿੰਦੇ, ਹੌਲੀ ਹੌਲੀ ਮੋੜ ਦਾਂਗੇ ਅਸੀਂ, ਅਤੇ ਮੈਂ ਤਾਂ ਹਾਂ ਵੀ ਕਰ ਬੈਠੀ ਉਹਨਾਂ ਨੂੰ। ਦੇਖ ਮਨਿੰਦਰ, ਪੈਸੇ ਨੂੰ ਮੈਂ ਜਵਾਬ ਨਹੀਂ ਦਿੰਦਾ, ਹੈਗੇ ਵੀ ਨੇ, ਪਰ ਪੈਸੇ ਕਰਕੇ ਨਾ ਰਿਸ਼ਤੇਦਾਰੀ 'ਚ ਫਿੱਕ ਪੈ ਜਾਂਦਾ, ਤੂੰ ਮੈਂ ਕਹਿੰਦਾ ਰਹਿਣ ਦੇ। ਦੇਖੋ ਜੀ, ਮੈਂ ਤਾਂ ਉਹਨਾਂ ਨੂੰ ਹਾਂ ਕਰਤੀ, ਪਾਗਲ ਤਾਂ ਮੈਂ ਹੀ ਸੀ ਜਿਹੜਾ ਬਿਨਾਂ ਪੁੱਛੇ ਹਾਂ ਕਰਤੀ, ਹੁਣ ਕੀ ਕਰੀਏ? ਮੈਂ ਪੈਸੇ ਨੂੰ ਤੈਨੂੰ ਜਵਾਬ ਨਹੀਂ ਦੇ ਰਿਹਾ। ਚੱਲ ਮੈਂ ਤਾਂ ਟਰੈਕਟਰ ਬਦਲਣਾ, ਅਤੇ ਐਤਕੀ ਟਰੈਕਟਰ ਬਦਲ ਨੂੰ ਮੈਂ ਗਾਹਾਂ ਨੂੰ, ਤੂੰ ਪੁੱਛ ਲਾ ਉਹਨਾਂ ਨੂੰ ਕਦੋਂ ਚਾਹੀਦੇ ਨੇ, ਪਰ ਟਾਈਮ ਲੈ ਲਈ ਕਦੋਂ ਮੋੜਨਗੇ। ਓਹੋ, ਉਹ ਕਹਿੰਦੇ 6 ਮਹੀਨਿਆਂ ਤੱਕ ਮੋੜ ਦਾਂਗੇ, ਐਂ ਨਹੀਂ ਪਤਾ, 6 ਮਹੀਨੇ ਤੋਂ ਪਹਿਲਾਂ ਹੀ ਮੋੜ ਦਾਂ। ਚੱਲ ਤੂੰ ਬੁਲਾ ਲਾ ਫਿਰ ਕਦੋਂ ਬੁਲਾਉਣਾ ਜਿਹਨੂੰ ਦੇਣੇ ਨੇ, ਪਰ ਟਾਈਮ ਕਹਿ ਦੀ ਜ਼ਰੂਰ। ਓਹੋ, ਤੁਸੀਂ ਕਿਉਂ ਫਿਕਰ ਕਰਦੇ ਹੋ, ਮੋੜ ਦਾਂਗੇ, ਮੈਂ ਹੁਣੇ ਫੋਨ ਕਰਦੀ ਹਾਂ ਭੈਣ ਨੂੰ। ਮੇਰੀ ਗੱਲ ਸੁਣ ਮਨਿੰਦਰ, ਤੇਰੇ ਨਾਲ ਇੱਕ ਗੱਲ ਕਰਨੀ ਆ ਮੈਂ। ਗੱਲਾਂ ਚਾਹੇ 4 ਕਰ ਲਓ, ਪਰ ਨਾ ਪੈਸੇ ਵਾਲੀ ਗੱਲ ਨਾ ਮੇਰੇ ਕੋਲ ਕਰਿਓ। ਕਿਉਂ ਨਾ ਕਰਾਂ ਯਾਰ, ਇਹ ਕੀ ਗੱਲ ਬਣੀ? 1 ਹਫ਼ਤਾ ਹੋ ਗਿਆ ਮੈਨੂੰ ਦੇਖਦੇ ਨੂੰ, ਤੂੰ ਐਂ ਕਹਿ ਦਿੰਦੀ ਆ। ਮੇਰੀ ਗੱਲ ਸੁਣ ਲਾ, ਮੈਂ ਆਪਦੇ ਹੱਕ ਦੇ ਮੰਗ ਰਿਹਾ, 6 ਮਹੀਨੇ ਦਾ ਟਾਈਮ ਲਿੱਤਾ ਤੇ ਉਹਨਾਂ ਨੇ, ਸਾਲ ਤੋਂ ਉੱਪਰ ਦੀ ਹੋ ਗਿਆ। ਫਿਰ ਕੀ ਹੋ ਗਿਆ, ਜਾਨ ਨਿਕਲਦੀ ਆ, ਹੋ ਗਿਆ ਸਾਲ ਉੱਪਰ, ਕੋਈ ਗੱਲ ਨਹੀਂ, ਕੀਤੀ ਹੋਈ ਆ ਭੈਣ ਨਾਲ ਗੱਲ, ਮੋੜ ਦੇਣਗੇ। ਉਹ ਯਾਰ ਹੱਦ ਹੋ ਗਈ, ਮੈਂ ਆਪਦਾ ਸਰਕਲ ਹਲਾ ਕੇ ਬਹਿ ਗਿਆ, ਮੈਂ ਬੈਂਕ ਕਮਾਉਣੀ ਆ, ਆ ਫਿਰ ਉਹ ਟਰੈਕਟਰ ਬਦਲਣਾ ਯਾਰ, ਸਾਲ ਹੋ ਗਿਆ ਉਹਨਾਂ ਦੇ ਆਸਤੇ ਮੈਨੂੰ। ਨਾ, ਉਸ ਪੈਸੇ ਨੇ ਬੈਂਕ ਭਰਨੀ ਆ, ਊਂ ਤਾਂ ਤੇਰੇ ਕੀੜੀ ਫਿਰੀ ਹੋਈ ਆ, ਨਾਲੇ ਅੱਗ ਲੱਗੀ ਆ ਟਰੈਕਟਰ ਨੂੰ। ਉਹ ਤੂੰ ਬੋਲਣ ਦੀ ਤਮੀਜ਼ ਸਿੱਖ ਲਾ, ਮੈਂ ਵੱਟ ਕੇ ਥੱਪੜ ਮਾਰਨਾ। ਨਾ, ਤੂੰ ਹੱਥ ਲਾ ਕੇ ਦੇਖ, ਤੂੰ ਲਾ ਤਾਂ ਸਹੀ ਹੱਥ, ਹੁਣੀ ਪੰਚਾਇਤ ਇਕੱਠੀ ਕਰ ਲੂ ਇੱਥੇ ਮੈਂ। ਉਹ ਜਾ ਬੁਲਾ ਲਾ ਜੀ ਨੂੰ, ਬੁਲਾਉਣਾ ਮੈਂ ਡਰਦਾ। ਕਰਦੀ ਆਪਦੇ ਭਾਈ ਨੂੰ ਫੋਨ ਹੁਣੇ, ਕੋਈ ਗੱਲ ਨਹੀਂ, ਤਾਂ ਮੈਂ ਦੱਸਦੀ ਆ। ਕਰ ਲਾ ਜੀ ਨੂੰ ਕਰਨਾ ਫੋਨ, ਹੱਦ ਹੋਈ ਪਿਆ ਤੇਰੇ ਵੀ, ਉਹਦੇ ਹੀ ਡਰਾਬੇ ਹੋ ਰਹੇ ਨੇ। ਹੈਲੋ, ਉਹ ਯਾਰ ਕੀ ਦੱਸਾਂ ਅਰਸ਼ ਤੈਨੂੰ, ਇੱਕ ਹੈਗਾ ਛੋਟਾ, ਮੈਨੂੰ ਤਾਂ ਤੈਨੂੰ ਫੋਨ ਕਰਦੇ ਨੂੰ ਵੀ ਸ਼ਰਮ ਆਉਂਦੀ ਆ। ਸਾਡੇ ਤਾਂ ਨਾ ਬਾਈ ਸਾਰੀ ਦਿਹਾੜੀ ਕਲੇਸ਼ ਚੱਲੀ ਜਾਂਦਾ, ਖੇਤੋਂ ਆਉਣਾ ਆਉਂਦਿਆਂ ਸਰ ਕਲੇਸ਼ ਪਾ ਕੇ ਬਹਿ ਜਾਂਦੀ ਆ, ਜਿਉਣਾ ਦੁੱਬਰ ਕਰਿਆ ਗਾ ਬਾਈ। ਚੱਲ ਕੋਈ ਨਹੀਂ, ਆ ਜਾ ਤੂੰ, ਕਰ ਦੇਗਾ। ਲੈ ਲਾ ਦੇ ਲੁੱਤੀਆਂ ਮੇਰੇ ਭਰਾ ਨੂੰ, ਹੋਰ ਚੁੱਪ ਕਾਹਤੋਂ ਕਰ ਗਿਆ? ਲੈ ਵੀਰੇ ਤੁਸੀਂ ਚਾਹ ਪੀ ਲਓ। ਆ ਚੱਕੋ ਜੀ ਚਾਹ। ਕੀ ਗੱਲ ਹੋ ਗਈ ਬਾਈ, ਰਾਤ ਤਾਂ ਮੈਂ ਕਣਕ ਨੂੰ ਪਾਣੀ ਲਾਈ ਜਾਂਦਾ ਸੀ, ਮਾਂ ਕਹਿੰਦੀ ਸਵੇਰੇ ਵਗ ਜੀ। ਮੈਨੂੰ ਕੀ ਪੁੱਛਦਾ, ਇਹਨੂੰ ਪੁੱਛ ਲਾ, ਨਾਲ ਦੱਸ ਦੂਗਾ ਤੈਨੂੰ ਵੀ ਕੀ ਗੱਲ ਹੋ ਗਈ। ਕੀ ਹੋ ਗਿਆ ਜੀ? ਉਹ ਪਹਿਲਾਂ ਮੈਨੂੰ ਵਿਚੋਲੇ ਦਾ ਫੋਨ ਆਇਆ, ਘੱਟੋ ਘੱਟ ਉਹਨੇ 3-4 ਫੋਨ ਕਰਤੇ, ਕਹਿੰਦਾ ਸਾਰਾ ਦਿਨ ਕਲੇਸ਼ ਚੱਲਦਾ ਘਰ 'ਚ, ਕਾਹਨੂੰ ਗੁਆਂਢੀਆਂ ਨੂੰ ਕਲੇਸ਼ ਦਿਖਾਉਂਦੇ ਹੋ ਗਏ, 3 ਤਾਂ ਤੁਸੀਂ ਜਾਣੇ ਹੋ ਘਰ 'ਚ, ਤੇਰੇ ਨਾਲ ਕੋਈ ਸਾਸਾ ਵੀ ਨਾ ਕੋਈ ਸਹੁਰਾ। ਬਾਈ ਇਹ ਨਹੀਂ ਦੱਸਦਾ ਤੈਨੂੰ, ਮੈਂ ਦੱਸਦੀ ਹਾਂ, ਆ ਵੱਡੀ ਭੈਣ ਦੇ ਦਿਓਰ ਨੇ ਬਾਹਰ ਨਹੀਂ ਜਾਣਾ ਸੀਗਾ, ਉਦੋਂ ਉਹਨਾਂ ਨੇ ਸਾਡੇ ਤੋਂ 2 ਲੱਖ ਰੁਪਇਆ ਮੰਗ ਲਿਆ, ਚੱਲ ਅਸੀਂ ਦੇ ਵੀ ਦਿੱਤਾ, ਹਜੇ ਉਹਨਾਂ ਤੋਂ ਨਾ ਮੋੜਿਆ ਨਹੀਂ ਗਿਆ, 2 ਕੁ ਮਹੀਨੇ ਉੱਤੇ ਲੰਘੇ ਹਜੇ, ਇਹ ਰੋਜ਼ ਕਲੇਸ਼ ਕਰਦਾ ਮੇਰੇ ਨਾਲ, ਉੱਠਣ ਸਾਰ ਲੱਗ ਜਾਂਦਾ, ਪੈਸੇ ਮੰਗਵਾ ਲਾ ਪੈਸੇ ਮੰਗਵਾ ਲਾ। ਚੱਲ ਕੋਈ ਨਾ, ਹੌਲੀ ਹੌਲੀ ਦੇਣਗੇ, ਨਾ ਘਰੇ ਕਲੇਸ਼ ਪਾਉਣ ਵਾਲੀ ਕਿਹੜੀ ਗੱਲ ਹੈ ਇਹਦੇ 'ਚ। ਆਹੋ ਬਾਈ, ਕਲੇਸ਼ ਤਾਂ ਮੈਂ ਹੀ ਪਾਉਂਦਾ, ਤੇਰੀ ਭੈਣ ਨੂੰ ਨਾ 6 ਮਹੀਨੇ ਕਹਿ ਕੇ 2 ਲੱਖ ਰੁਪਏ ਦਿੱਤਾ ਸੀ, ਸਾਲ ਤੋਂ ਉੱਪਰ ਦਾ ਟਾਈਮ ਹੋ ਗਿਆ,
ਉਦੋਂ ਮੈਂ ਟਰੈਕਟਰ ਬਦਲਣ ਦੀ ਸਮਾਂ ਤਾਂ ਉਹ ਵੀ ਨਹੀਂ ਬਦਲਿਆ। ਮੈਂ ਤਾਂ ਬਾਈ ਖਰਚੇ ਨੂੰ ਵੀ ਤੰਗ ਹੋ ਰਿਹਾ। ਮੈਂ ਇਹਨੂੰ ਕਹਿਣਾ ਵੀ ਘੱਟੋ ਘੱਟ ਤੇਰੀ ਭੈਣ ਨੂੰ ਫੋਨ ਤਾਂ ਕਰਕੇ ਪੁੱਛ ਲੈ ਕਦੋਂ ਦਊਗੀ, ਫੋਨ ਹੀ ਨਹੀਂ ਕਰਦੀ ਯਾਰ ਇਹਦਾ। ਕੁੜੀ ਇੱਥੇ ਤੂੰ ਗਲਤ ਆ ਬਾਈ, ਤੂੰ ਫੋਨ ਕਿਉਂ ਨਹੀਂ ਕਰਦੀ? ਮੈਂ ਕੀਤੀ ਹੈ ਵੱਡੀ ਭੈਣ ਨਾਲ ਗੱਲ, ਉਹ ਕਹਿੰਦੀ ਸਾਡੇ ਘਰੇ ਥੋੜ੍ਹੀ ਜਿਹੀ ਦਿੱਕਤ ਹੋ ਗਈ। ਕੋਈ ਗੱਲ ਨਹੀਂ ਬਾਈ, ਹੌਲੀ ਹੌਲੀ ਮੋੜ ਦਾਂਗੇ, ਅਗਲੇ ਦੀ ਵੀ ਮਜਬੂਰੀ ਸਮਝਣੀ ਚਾਹੀਦੀ ਆਪਾਂ ਨੂੰ। ਨਾਲੇ ਤਾਂ ਆਪਾਂ ਨੂੰ ਵੀ ਚਾਹੀਦਾ, ਸਾਲ ਹੋ ਗਿਆ ਜਦੋਂ ਤੈਨੂੰ ਭਾਜੀ ਕਹਿੰਦੇ ਨੇ ਫਿਰ ਫੋਨ ਕਰਿਆ ਕਰ। ਆਹੋ ਤੈਨੂੰ ਵੀ ਹੁਣ ਮੈਂ ਹੀ ਬੁਰੀ ਲੱਗਦੀ ਹਾਂ, ਇਹਨਾਂ ਨੂੰ ਤਾਂ ਲੱਗਦੀ ਲੱਗਦੀ ਸੀ, ਹੁਣ ਤੈਨੂੰ ਵੀ ਬੁਰੀ ਲੱਗਣ ਲੱਗ ਗਈ। ਸਾਰੇ ਜਣੇ ਰਲ ਕੇ ਨਾ ਮੇਰੇ 'ਚ ਕਸੂਰ ਕੱਢਿਆ ਕਰੋ, ਇਹਨੂੰ ਨਾ ਕੁਛ ਕਹਿਓ। ਮੈਂ ਤਾਂ ਪਛਤਾਈ ਜਾਂਦੀ ਹਾਂ ਤੈਨੂੰ ਫੋਨ ਕਰਕੇ, ਆ ਭਰਤਾ ਮੇਰੇ ਭਰਾ ਨੂੰ ਵੀ। ਆਹ ਕਾ ਮਾਰਚ ਦੇਖ ਲਿਆ ਤੈਨੇ ਬਾਈ, ਜੂਣਾ ਦੁੱਬਰ ਕਰਿਆ ਪਿਆ, ਸਾਰਾ ਪਿੰਡ ਗੱਲਾਂ ਕਰ ਰਿਹਾ। ਉਹ ਬਾਈ ਕਾਨੂੰ ਗਵਾਂਢੀਆਂ ਨੂੰ ਕਲੇਸ਼ ਦਿਖਾਉਂਦੇ ਹੋ ਯਾਰ, ਇੱਕ ਪਾਸਾ ਵੱਟ ਲਿਆ ਕਰੋ, ਜੇ ਉਹ ਬੋਲਦੀ ਆ ਤਾਂ ਤੂੰ ਚੁੱਪ ਕਰ ਦਿਆ ਕਰੋ, ਤਾਂ ਯਾਰ ਸ਼ੁਰੂ ਤੋਂ ਹੀ ਐਵੇਂ ਆ ਬਾਈ। ਉਹ ਯਾਰ ਫਿਰ ਕਰੀਏ ਕੀ ਯਾਰ, ਮਾੜਾ ਮੋਟਾ ਤਾਂ ਹੁਣ ਇਹਨੂੰ ਕਲੇਸ਼ ਨੂੰ ਨਿਬੇੜਨਾ ਪੈਣਾ, ਜੂਣਾ ਦੁੱਬਰ ਕਰਖਾ ਯਾਰ ਮੇਰਾ ਤਾਂ। ਚਲੋ ਕੋਈ ਨਹੀਂ ਬਾਈ, ਕਰਦੇ ਆ ਗੱਲ, ਚਾਹ ਪੀ ਲਾ। ਤੂੰ ਵੀਰ ਬਣ ਕੇ ਮਾੜਾ ਉਹਨਾਂ ਨੂੰ ਪੈਸਿਆਂ ਨੂੰ ਫੋਨ ਕਰਦੀ ਆ। ਕੋਈ ਨਹੀਂ ਮੈਂ ਕਰੂੰਗਾ ਫੋਨ। ਤਿਆਰ ਹੋ ਜਾਓ, ਆਪਾਂ ਬਾਜ਼ਾਰ ਚੱਲ ਕੇ ਆਉਣੇ ਆ। ਕਿਉਂ, ਬਾਜ਼ਾਰ 'ਚ ਕੀ ਕੰਮ ਆ? ਸ਼ਾਪਿੰਗ ਕਰ ਆਵਾਂਗੇ, ਨਾਲੇ ਜਵਾਕ ਨੂੰ ਛੁੱਟੀਆਂ, ਉਹਨੂੰ ਘੁਮਾ ਫਿਰਿਆ ਲਿਆਵਾਂਗੇ, ਨਾਲੇ ਕੁਛ ਖਾ ਪੀ ਆਵਾਂਗੇ। ਉਹ ਯਾਰ ਮਨਿੰਦਰ, ਹੱਦ ਹੋ ਗਈ, ਬਿਨਾਂ ਗੱਲ ਤੋਂ ਸ਼ਾਪਿੰਗ ਕੌਣ ਕਰਨ ਜਾਂਦਾ? ਹਜੇ ਮਹੀਨਾ ਤਾਂ ਹੋਇਆ ਆਪਾਂ ਪਿੰਡ 'ਚ ਮੁੰਡੇ ਦਾ ਵਿਆਹ, ਤੇ ਉਦੋਂ ਸ਼ਾਪਿੰਗ ਕਰੀ ਆ। ਅੱਛਾ, ਜੇ ਕੋਈ ਵਿਆਹ ਸ਼ਾਦੀ ਆਊਗਾ ਫੇਰ ਹੀ ਜਾਵਾਂਗੇ ਬਾਜ਼ਾਰ, ਤੂੰ ਮੇਰੇ ਨਾਲ ਕਿਤੇ ਚੱਲ ਨਹੀਂ ਸਕਦਾ। ਉਹ ਯਾਰ ਚੱਲ ਸਕਦਾ, ਅੱਜ ਮੈਂ ਕਣਕ ਬੀਜਣੀ ਆ, ਨਹੀਂ ਆਪਾਂ ਵਗ ਜਾਂਦੇ। ਅੱਛਾ ਕਣਕ ਬੀਜਣੀ ਆ, ਹੁਣ ਆ ਜੇ ਤੇਰੇ ਕੋਈ ਯਾਰ ਬੇਲੀ ਵੀ ਬਾਈ ਬਾਜ਼ਾਰ ਚੱਲ ਕੇ ਆ ਗਿਆ, ਮਿੰਟਾਂ 'ਚ ਸਾਰੇ ਕੰਮ ਛੱਡ ਕੇ ਵਗ ਜਾਏਗਾ, ਪਰ ਜਿੱਦੇ ਮੈਂ ਕਹਿੰਦਾ ਉਦੇ ਤੇਰੇ ਅੱਗ ਲੱਗ ਜਾਂਦੀ ਆ। ਯਾਰ ਮਨਿੰਦਰ, ਬਿਨਾਂ ਗੱਲ ਤੋਂ ਭਗਣ ਵਾਲੀ ਕੀ ਗੱਲ ਆ, ਅਗਲੇ 100 ਕੰਮ ਆਉਂਦੇ ਨੇ ਤਾਂ ਵਗ ਜਾਣਾ ਉਹਨਾਂ ਨਾਲ। ਤੂੰ ਨਾ ਤੇ ਚਾਚੇ ਤਾਏ ਦੇ ਮੁੰਡੇ ਦੇਖ ਲਾ, ਆਪਦੀਆਂ ਜਨਾਨੀਆਂ ਮੁੰਡੇ ਡਰਦੇ ਸਾਹ ਭਰਦੇ ਆ, ਜਿਹੜਾ ਕੰਮ ਕਹਿ ਦੇਣ ਉਹੀ ਕਰਦੇ, ਪੁੱਛ ਗੱਲ ਕਰਦੇ ਆ, ਤੇ ਤੂੰ ਤੂੰ ਮੇਰੀ ਕਦਰ ਵੀ ਨਹੀਂ ਕਰਦਾ ਕਹੀ ਗੱਲ ਦੀ। ਉਹ ਨਾ ਉਹਨਾਂ ਮੁੰਡੇ ਸਾਣੀ ਕੱਢਦੀਆਂ, ਡਰਦੀਆਂ ਨੇ ਉਹਨਾਂ ਤੋਂ, ਉਹਨਾਂ ਵਰਗੇ ਬਣ ਜਾਏਗੀ ਤੂੰ, ਤੇਰੀ ਤਾਂ ਜਵਾਨ ਹੈ ਸਾਰਾ ਦਿਨ ਕਚਰ ਕਚਰ ਚੱਲਦੀ ਆ। ਜੇ ਇੰਨੀਆਂ ਚੰਗੀਆਂ ਲੱਗਦੀਆਂ ਨਾ, ਰੋਟੀਆਂ ਵੀ ਉੱਥੇ ਹੀ ਖਾ ਲਿਆ ਕਰ, ਨਾ ਮੇਰੇ ਕੋਲ ਕਿਉਂ ਆਉਣਾ ਲੰਗਰ ਖਾਣ? ਅਰੇ ਰਾਮ, ਇਹਦੇ ਨਾਲ ਕੌਣ ਬਹਿਸੇ ਹੋਏ, ਤੈਨੂੰ ਨਹੀਂ ਸਮਝਾ ਸਕਦਾ ਕੋਈ, ਉਹ ਪਾ ਲਾ ਕੱਪੜੇ, ਉਹ ਚੱਲ ਚੱਲੀਏ। ਬਸ ਲੋੜ ਨਹੀਂ ਹੈਗੀ, ਹੁਣ ਨੰਨਾ ਪਾਤਾ ਨਾ, ਹੁਣ ਤਾਂ ਮੇਰਾ ਮੂਡ ਵੀ ਨਹੀਂ ਹੈਗਾ ਜਾਣ ਦਾ, ਜੇ ਹੁਣ ਉਹਨਾਂ ਨੂੰ ਲੈ ਜੀ। ਭੈਣੂ ਕੀ ਬਲੈ ਬਿਆ ਲਿਆ ਓਏ, ਮੈਂ ਰੱਬਾ ਕੱਲ ਟੈਸਟ ਦੀ ਤਿਆਰੀ ਕਰਵਾਈ ਸੀ ਨਾ ਸਕੂਲ 'ਚ, ਭੁੱਲ ਗਿਆ ਸੀ। ਨਾ ਕਿਵੇਂ ਭੁੱਲ ਗਿਆ, ਨੰਬਰ ਦੇਖ ਲੈ ਕਿੰਨੇ ਘੱਟ ਆਇਆ, ਪੜ੍ਹ ਲੈ ਜੇ ਪੜ੍ਹੀ ਦਾ, ਨਹੀਂ ਆਪਦੇ ਪਿਓ ਨੂੰ ਨਾ ਖੇਤੀ ਕਰਦਾ ਰਹਿ ਜਾਏਗਾ ਜਿਵੇਂ ਉਹ ਮਾਰਾ ਗਰਦੀ ਕਰਦਾ ਫਿਰਦਾ ਰਹਿੰਦਾ। ਉਹ ਕਾਣੂ ਭੱਖੀ ਬੱਟੀਆਂ ਜਵਾਕ ਤੇ ਜਾਂ ਰੋਟੀ ਲੈ ਗਿਆ ਨਾ, ਹੁਣ ਲੈ ਕੇ ਆ ਰੋਟੀ, ਨਾ ਸਵੇਰ ਦਾ ਕਿੱਧਰ ਗਿਆ ਸੀਗਾ, ਜਦੋਂ ਸਵੇਰ ਰੋਟੀ ਬਣੀ ਸੀ ਨਾ ਆ ਕੇ ਖਾਧੀ ਨਹੀਂ ਗਈ ਗਰਮ ਗਰਮ ਰੋਟੀ, ਦੁਪਹਿਰੇ ਆ ਕੇ ਹੁਕਮ ਮਾਰ ਦੇਣਾ ਵੀ ਲਿਆ ਰੋਟੀ। ਉਹ ਕਿਉਂ ਸਾਰਾ ਦਿਨ ਤਪੀ ਰਹਿੰਦੀ ਆ, ਮਾੜੀ ਮੋਟੀ ਠੰਡੀ ਵੀ ਲੈ ਲਿਆ ਕਰ ਜਾਂ ਰੋਟੀ ਲੈ ਗਿਆ। ਮੈਨੂੰ ਸਾਰਾ ਹੀ ਪਤਾ, ਫਿਰਕੇ ਹੋਏ ਜਿਵੇਂ ਬਾਹਰ ਨਹੀਂ ਜਾਂਦੀ, ਆ ਜਾ ਕੇ ਜਾਣ ਕੇ ਮੋੜਾਂ ਤੇ ਖੜ ਜਾਣਾ, ਕਿਹੜੀ ਤੂੰ ਖੇਤੀ ਕਰਦਾ? ਉਹ ਐਡਾ ਮੈਂ ਵੇਲਣ ਨਹੀਂ ਹੈਗਾ, ਖੇਤ 'ਚ ਕੰਮ ਕਰਕੇ ਆ, ਤੂੰ ਕੀ ਕਰਦੀ ਆ? ਨਾ ਮੇਰੇ ਕੰਮ ਦਾ ਤੈਨੂੰ ਚਾਰ ਹੀ ਲੱਗਦਾ, ਸਵੇਰੇ 5 ਵਜੇ ਦੀ ਉੱਠੀ ਹੋਈ ਆ ਮੈਂ, ਸਾਰਾ ਕੰਮ ਕੀਤਾ, ਤੂੰ ਕੀ ਕੀਤਾ? ਪਹਿਲਾਂ ਤਾਂ ਬੋਲਣ ਦੀ ਤਮੀਜ਼ ਸਿੱਖ, ਤੂੰ ਕੀ ਹੁੰਦੀ ਆ, ਉਹ ਤਾਂ ਆਪਦੇ ਆਪ ਨੂੰ ਬਹੁਤ ਪੜ੍ਹੀ ਲਿਖੀ ਕਹਾਉਂਦੀ ਆ, ਬੋਲਣ ਦੀ ਤਮੀਜ਼ ਦੇਖ ਲੈ ਇਹਦੀ। ਜਿਹੋ ਜਿਹੀ ਬੰਦਾ ਇੱਜ਼ਤ ਦਿੰਦਾ ਨਾ, ਉਹਨੂੰ ਉਹੋ ਜਿਹੀ ਇੱਜ਼ਤ ਮਿਲ ਜਾਂਦੀ ਆ। ਤੂੰ ਕੀ ਹੁੰਦਾ ਏ, ਉਹ ਤਾਂ ਬਹੁਤ ਪੜ੍ਹੀ ਲਿਖੀ ਮੈਡਮ ਕਹਾਉਂਦੀ ਆ, ਆ ਜਵਾਕ ਤੇ ਕੀ ਅਸਰ ਹੋਊਗਾ? ਨਾ ਤੈਨੂੰ ਫਿਕਰ ਆ ਗਿਆ ਜਵਾਕ ਦਾ, ਊਂ ਤਾਂ ਤੈਨੂੰ ਪਤਾ ਨਹੀਂ ਹੈਗਾ ਜਵਾਕ ਦੇ ਸਕੂਲ 'ਚ ਕੀ ਹੁੰਦਾ, ਕਿੰਨੇ ਇਹਨੂੰ ਨੰਬਰ ਆਉਂਦੇ ਆ, ਕਿਹੋ ਜਿਹਾ ਇਹ ਪੜ੍ਹਦਾ, ਕਦੇ ਗੌਰ ਕੀਤੀ ਆ ਜਵਾਕ ਤੇ? ਆ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ। ਓਏ ਬਾਈ, ਤੇਰਾ ਤਾਂ ਰੋਜ਼ ਦਾ ਕੰਮ ਆ ਟਿਆ ਟਿਆ ਕਰਨੀ, ਤੇਰੇ ਵੱਲ ਕੀ ਨਾਲ ਕੌਣ ਬੈਸ ਲੂ, ਤੈਨੂੰ ਰੋਟੀ ਲੱਗਿਆ? ਮੇਰੇ ਤੋਂ ਨਹੀਂ ਫੜਾਈ ਜਾਂਦੀ ਰੋਟੀ, ਜੇ ਖਾਣੀ ਹੁੰਦੀ ਨਾ ਸਵੇਰੇ ਆਪਦੀ ਖਾ ਜਾ ਕਰ, ਆ ਦੁਪਹਿਰੀ ਤਾਂ ਆਪਦੀਆਂ ਆਪ ਚੱਕ ਕੇ ਖਾ ਲਿਆ ਕਰ, ਮੇਰੇ ਤੋਂ ਨਹੀਂ ਫੜਾਈਆਂ ਜਾਂਦੀਆਂ। ਤੂੰ ਖਵਾਤੇ ਮੱਡੇ ਮੈਨੂੰ, ਤੈਨੂੰ ਵਿਆਹ ਕੇ ਕਦੇ ਵਾਸਤੇ ਲੈਂਦਾ ਏ? ਅੱਛਾ, ਤੂੰ ਕੁਛ ਮਰਜ਼ੀ ਕਰੀ ਜਾਵੇਂ, ਤੇ ਜੇ ਮੈਂ ਕੁਛ ਕਹਿ ਦੇਣੀ ਤਾਂ ਤੈਨੂੰ ਬੁਰਾ ਲੱਗ ਜਾਂਦਾ। ਜਾ ਨਾ ਦੇ ਰੋਟੀ, ਰੋਟ ਦਾ ਕੰਮ ਹੋ ਰਿਹਾ ਹੈ। ਹਾਂ ਹੁਣ ਫੇਰ ਬਾਹਰ ਨੂੰ ਤੁਰ ਜਾ ਬਹਾਨਾ ਲੈ ਕੇ, ਹੁਣ ਆਜੂਗਾ ਅੱਠ ਨੇ, ਫੇਰ ਰੋਟੀਆਂ ਖਾ ਕੇ ਫੇਰ ਪੈ ਜੂਗਾ, ਕੰਮ ਨਹੀਂ ਹੈਗਾ ਵਾਸਤਾ ਨਹੀਂ। ਪੜ੍ਹ ਲਿਆ ਕਰ ਤੂੰ, ਨਹੀਂ ਤੇਰੇ ਛਿੱਤਣ ਐਵੇਂ ਪੈ ਜਾਣਗੇ।
ਨਿਬੜ ਗਿਆ ਮੈਨੂੰ ਦਰਕਾਮਾ ਫਿਰ ਹੋ ਜਾ ਤਿਆਰ ਨਾਲੇ ਕਰਦੇ ਮਨ ਤੈਨੂੰ ਤਿਆਰ ਨਾਲੇ ਥੋੜੇ ਜਿਹੇ ਕੱਪੜੇ ਤਿਆਰ ਕਰ ਲਈ ਕਿਉਂ ਜੀ ਕਿੱਥੇ ਜਾਣਾ ਉਹ ਲੋਹੜੀ ਨਹੀਂ ਹੈਗੀ ਭੈਣ ਨੂੰ ਦੇ ਆਈਏ ਲੈ ਹੁਣ ਲੋਹੜੀ ਦੇਣ ਤੁਰ ਪਾ ਆ ਪਿੱਛੇ ਦੀਵਾਲੀ ਤਾਂ ਦੇ ਕੇ ਆਉਂਦੀ ਆ ਉਹਦਾ ਢਿੱਡ ਨਹੀਂ ਭਰਦਾ ਜਿੰਨਾ ਮਰਜ਼ੀ ਦੇਈ ਜਾ ਉਹਨੂੰ ਉਹ ਯਾਰ ਇਹ ਇੰਨਾ ਭੜਕਣ ਵਾਲੀ ਕੀ ਗੱਲ ਆ ਭੈਣ ਆ ਮੇਰੀ ਉਹ ਅੱਛਾ ਉਹ ਤੇਰੀ ਭੈਣ ਆ ਤੇ ਜਦੋਂ ਮੇਰੀ ਭੈਣ ਨੂੰ ਪੈਸੇ ਦੇਣੇ ਸੀ ਉਦੋਂ ਕਿਵੇਂ ਮੱਚਦਾ ਸੀ ਦੇ ਕੇ ਉਹਨੂੰ ਪੈਸੇ ਉਹਨਾਂ ਟਾਈਮ ਸਾਹ ਨਹੀਂ ਲਿਆ ਜਿੰਨਾ ਟਾਈਮ ਉਹਨਾਂ ਨੇ ਮੋੜੇ ਨਹੀਂ ਉਹ ਯਾਰ ਇਹ ਤਾਂ ਉਹ ਗੱਲ ਨਾਲ ਕੀ ਕਨੈਕਸ਼ਨ ਆ ਮੈਂ ਨਹੀਂ ਤਿਹਾਰ ਦੂੰਗਾ ਹੋਰ ਕੌਣ ਦੂਗਾ ਆਹੋ ਆ ਵਿਆਹ ਤੇ ਕਿੰਨਾ ਪੈਸਾ ਲਾਇਆ ਉਹ ਨਹੀਂ ਰੱਜਦੀ ਬੈਤਲ ਕਿਸੇ ਥਾਂ ਦੀ ਬੋਲਣ ਦੀ ਤਮੀਜ਼ ਨਹੀਂ ਹੈਗੀ ਤੈਨੂੰ ਇਹ ਮੇਰੇ ਥੱਪੜ ਮਾਰਿਆ ਕੋਈ ਗੱਲ ਨਹੀਂ ਹੁਣ ਮੈਂ ਵੀ ਤੇਰੇ ਨਾਲ ਰਹਿੰਦੀ ਅੱਜ ਹੀ ਪੰਚਾਇਤ ਬੁਲਾ ਕੇ ਅੱਜ ਹੀ ਨਿਬੇੜਾ ਕਰੂੰਗੀ ਤੇਰੇ ਨਾਲ ਉਹ ਬੁਲਾ ਲਾ ਜੀ ਨੂੰ ਬੁਲਾਉਣਾ ਓਏ ਮੈਂ ਵੀ ਅੱਕ ਗਿਆ ਤੇ ਤੂੰ ਨਿਬੇੜ ਲਾ ਤੂੰ ਮੈਂ ਵੀ ਰਹਿੰਦੀ ਨਹੀਂ ਤੇਰੇ ਨਾਲ ਹਾਂਜੀ ਕਾਕਾ ਕਿਵੇਂ ਕਰੀਏ ਆਪਾਂ ਦੇਖੋ ਸਰਪੰਚ ਸਾਹਿਬ ਮੇਰਾ ਤਾਂ ਜਿਹੜੇ ਦਸਵਾਂ ਗੇੜ ਹੈਗਾ ਮੈਂ ਵੀ ਨਹੀਂ ਸੋਹਣਾ ਲੱਗਦਾ ਹੁੰਦਾ ਹੁਣ ਤਾਂ ਜਦੋਂ ਆਪਦੀ ਨਹੀਂ ਘੱਟ ਪਰਾਉਣੇ ਨੂੰ ਤਾਂ ਵਿਚਾਰੇ ਨੂੰ ਹੁਣ ਕੀ ਕਹੀਏ ਅੱਛਾ ਉਹ ਵਿਚਾਰਾ ਤੇ ਤੇਰੀ ਭੈਣ ਮਾੜੀ ਹੋ ਗਈ ਤਾਂ ਹੀ ਤਾਂ ਉਹ ਚੰਬਲਿਆ ਜੇ ਤੁਸੀਂ ਕੁਛ ਕਹਿੰਦੇ ਨਹੀਂ ਉਹਨੂੰ ਪਤਾ ਕੋਈ ਗੱਲ ਨਹੀਂ ਭਾਈ ਆਪਾਂ ਕਰਦੇ ਹਾਂ ਗੱਲ ਕੋਈ ਮਸਲਾ ਨਾ ਮੇੜੋ ਜੀ ਰੋਜ਼ ਰੋਜ਼ ਤਾਂ ਗਵਾਂਢੀਆਂ ਨੂੰ ਵੀ ਨਹੀਂ ਚੰਗੇ ਲੱਗਦੇ ਮੂੰਹ ਦਿਖਾਉਂਦੇ ਹਾਂ ਭਾਈ ਤੂੰ ਦੱਸ ਕਿਵੇਂ ਕਰਨਾ ਗਾ ਬਾਈ ਜੀ ਮੈਂ ਨਹੀਂ ਇਹਦੇ ਨਾਲ ਰਹਿਣਾ ਨਹੀਂ ਤਾਂ ਮੈਂ ਤਾਂ ਕੁਛ ਖਾ ਕੇ ਮਰ ਜੂੰਗੀ ਉਹ ਨਾ ਨਾ ਭਾਈ ਆਹ ਕਰ ਲੈਣਾ ਚੱਕੇ ਹੋ ਹਾਂ ਬਾਈ ਜੀ ਤੇ ਕਿਵੇਂ ਕਰੀਏ ਬਾਈ ਹੁਣ ਜਦੋਂ ਇਹ ਮੇਰੇ ਨਾਲ ਰਹਿ ਕੇ ਰਾਜੀ ਨਹੀਂ ਜੀ ਫਿਰ ਮੈਂ ਕਿਉਂ ਕਰਾਂ ਤੁਸੀਂ ਸਾਡਾ ਨਿਬੇੜਾ ਕਰ ਦਿਓ ਜੀ ਨਹੀਂ ਸਾਡੇ ਘਰ 'ਚ ਕੋਈ ਚੰਦ ਚੱਲੂਗਾ ਉਹ ਨਾ ਨਾ ਭਾਈ ਕਿਆ ਹਜੇ ਕਦਮ ਚੱਕਣਾ ਅਤੇ ਭਾਈ ਜਿਹੜਾ ਵਿਆਹ 'ਤੇ ਖਰਚਾ ਹੋਇਆ ਸੀਗਾ ਉਹਦਾ ਕਿਵੇਂ ਕਰਨਾ ਅਤੇ ਜਿਹੜੀ ਜ਼ਮੀਨ ਆਉਂਦੇ ਹਿੱਸੇ ਪੈਂਦੇ ਉਹਨੂੰ ਦੇਣੀ ਪਊਗੀ ਭਾਈ ਮੇਰੀ ਗੱਲ ਸੁਣੋ ਜੀ ਜਿੰਨਾ ਵਿਆਹ 'ਤੇ ਖਰਚਾ ਆ ਆਪਦੇ ਹੋਰ ਬੁਲਾ ਲਏ ਚਾਰ ਰਿਸ਼ਤੇਦਾਰਾਂ ਨੂੰ ਮੈਂ ਸਾਰਾ ਮੋੜ ਦੂੰ ਇਹਨਾਂ ਦਾ ਸੋਨਾ ਮੋੜ ਦੇਣਾ ਬਾਕੀ ਤੁਸੀਂ ਜਿਵੇਂ ਜ਼ਮੀਨ ਦਾ ਕਰੋਗੇ ਮੈਂ ਉੱਖਣ ਵੀ ਰਾਜੀ ਹਾਂ ਪਰ ਤੁਸੀਂ ਸਾਡਾ ਨਿਬੇੜ ਦਿਓ ਜੀ ਉਹ ਤਾਂ ਮੋੜ ਦੋਗੇ ਉਹ ਜਵਾਕ ਦਾ ਕੀ ਕਰੋਗੇ ਮੇਰਾ ਪੁੱਤਾ ਮੇਰੇ ਨਾਲ ਰਹੂਗਾ ਕਿਉਂ ਮੇਰਾ ਜਵਾਕ ਨਹੀਂ ਮੇਰੇ ਨਾਲ ਰਹੂਗਾ ਕੀ ਕੋਈ ਰਹੇਗਾ ਪੁੱਤ ਲੈ ਦੇਖ ਲਓ ਇਹਦਾ ਦੋਨਾਂ ਦਾ ਪਿਆਰ ਆ ਭਾਈ ਜੇ ਮਾਂ ਕੋਲ ਰਹੂਗਾ ਤਾਂ ਤੇਰਾ ਪਿਆਰ ਨਹੀਂ ਮਿਲਣਾ ਇਹਨੂੰ ਸਾਰੀ ਜ਼ਿੰਦਗੀ ਜੇ ਤੇਰੇ ਕੋਲ ਰਹੂਗਾ ਤਾਂ ਮਾਂ ਦਾ ਪਿਆਰ ਨਹੀਂ ਮਿਲਣਾ ਹੈਗਾ ਇਹਦਾ ਕੀ ਕਸੂਰ ਆ ਜਵਾਕ ਦਾ ਤੁਹਾਡੀ ਲੜਾਈ ਦੇ ਚੱਕਰ 'ਚ ਜਵਾਕ ਜਾਈਏ ਬੁਰਾ ਹਾਲ ਹੋਊਗਾ ਭਾਈ ਇਕੱਠੇ ਰਹਿ ਲਓ ਵਧੀਆ ਰਹੋਗੇ ਸਤਿ ਸ਼੍ਰੀ ਅਕਾਲ ਦੋਸਤੋ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਪਟਿਆਲਾ ਪਿਕਚਰਸ ਚੈਨਲ ਦੇ ਉੱਤੇ ਤੁਸੀਂ ਇੰਨੀ ਸਪੋਰਟ ਕਰ ਰਹੇ ਹੋ ਇੱਕ ਨਵੇਂ ਚੈਨਲ ਨੂੰ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡਾ ਇਹੀ ਸੀਗਾ ਕਿ ਅਸੀਂ ਜੱਗੀ ਟੀਵੀ ਦੇ ਉੱਤੇ ਜਿਹੜਾ ਕੰਟੈਂਟ ਬਣਾਉਂਦੇ ਸੀਗੇ ਲੌਂਗ ਫਾਰਮੈਟ ਵੀਡੀਓਜ਼ ਬਣਾਉਂਦੇ ਸੀਗੇ ਪਰ ਜਦੋਂ ਅਸੀਂ ਪਟਿਆਲਾ ਪਿਕਚਰਸ ਬਣਾਉਣ ਬਾਰੇ ਸੋਚਿਆ ਸੀਗਾ ਬਾਈ ਨੇ ਤਾਂ ਇਹ ਸੋਚਿਆ ਸੀਗਾ ਕਿ ਉਸ 'ਤੇ ਅਸੀਂ ਉਹ ਤਰ੍ਹਾਂ ਦਾ ਕੰਟੈਂਟ ਬਣਾਵਾਂਗੇ ਸ਼ਾਰਟ ਫਾਰਮ ਜਿਹੜਾ ਤੁਸੀਂ ਜਲਦੀ ਤੋਂ ਜਲਦੀ 10 ਮਿੰਟ ਦੇ ਅੰਦਰ ਅੰਦਰ ਦੇਖ ਸਕੋ ਅਤੇ ਉਸ ਨੂੰ ਪਿਆਰ ਦੇ ਸਕੋ ਅਤੇ ਤੁਸੀਂ ਉਸ ਨੂੰ ਪਿਆਰ ਵੀ ਦਿੱਤਾ ਬਹੁਤ ਸਪੋਰਟ ਵੀ ਦਿੱਤੀ ਆ ਪਰ ਹੁਣ ਆਪਾਂ ਨੇ ਵਿਊਜ਼ ਬਹੁਤ ਜ਼ਿਆਦਾ ਗੇਨ ਕਰ ਲਏ ਨੇ ਚੈਨਲ ਦੇ ਉੱਤੇ ਅੱਗੇ ਵੀ ਹੋਰ ਵੀ ਜ਼ਿਆਦਾ ਗੇਨ ਕਰਾਂਗੇ ਪਰ ਆਪਾਂ ਨੇ ਸਬਸਕ੍ਰਾਈਬਰਾਂ ਉੱਤੇ ਹੁਣ
ਫੋਕਸ ਕਰਨਾ ਆ। ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ। ਜਦੋਂ ਮੈਂ ਪਰਸੈਂਟੇਜ ਦੇਖੀ ਚੈਨਲ ਦੀ ਐਨਾਲਿਟਿਕਸ ਦੇ ਵਿੱਚ ਜਾ ਕੇ ਤਾਂ ਜਿਹੜੇ ਨੌਨ ਸਬਸਕ੍ਰਾਈਬਰ ਨੇ ਉਹ ਬਹੁਤ ਜ਼ਿਆਦਾ ਨੇ ਅਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਚੈਨਲ ਨੂੰ ਉਹ ਬਹੁਤ ਘੱਟ ਨੇ। ਸੋ ਆਪਾਂ ਨੇ ਹੁਣ ਸਬਸਕ੍ਰਾਈਬਰ ਵਧਾਉਣੇ ਨੇ ਚੈਨਲ ਦੇ ਉੱਤੇ, ਇੱਦਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓਜ਼ ਤਾਂ ਹੀ ਤੁਹਾਡੇ ਤੱਕ ਆਉਣਗੀਆਂ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ, ਵਿਊਜ਼ ਦਿਓਗੇ, ਲਾਈਕ ਕਰੋਗੇ, ਸ਼ੇਅਰ ਕਰੋਗੇ। ਬਾਕੀ ਬਾਈ ਤੂੰ ਕੀ ਕਹਿਣਾ ਚਾਹੇਗਾ, ਕਿੱਦਾਂ ਦਾ ਸਫ਼ਰ ਰਿਹਾ ਤੇਰਾ ਹੁਣ ਤੱਕ ਦਾ? ਹੁਣ ਤੱਕ ਦਾ ਸਫ਼ਰ ਬਾਈ ਮੇਰਾ ਬੜਾ ਮਜ਼ੇਦਾਰ ਰਿਹਾ। ਸੋਚਿਆ ਕੁਛ ਹੋਰ ਤੀ, ਬਣ ਕੁਛ ਹੋਰ ਗਿਆ। ਕਰੀ ਤੀ ਸਟਾਰਟਿੰਗ ਵਲੌਗਿੰਗ, ਪਰ ਚੇਂਜ ਕਰਤਾ ਕੰਮ, ਸ਼ਾਰਟ ਵੀਡੀਓ ਲਿਆਉਂਦੀਆਂ। ਉਮੀਦ ਨਹੀਂ ਤੀ ਵੀ ਇੰਨਾ ਪਿਆਰ ਦੋਗੇ, ਕਈ ਤਾਂ ਇੰਨੀਆਂ ਵੀਡੀਓ ਵਾਇਰਲ ਹੋ ਗਈਆਂ ਹੱਦੋਂ ਵੱਧ ਕਿ ਹਰ ਇੱਕ ਬੰਦਾ ਸਾਨੂੰ ਪਹੁੰਚਾ। ਹੁਣ ਸਾਨੂੰ ਬਸ ਤੁਹਾਡੇ ਤੋਂ ਇਹੀ ਉਮੀਦ ਆ ਸੀ, ਇਸ ਨੂੰ ਨਵੇਂ ਉਪਰਾਲੇ ਨੂੰ ਜਿੱਦਾਂ ਸ਼ੁਰੂ ਕਰਿਆ, ਇਸ ਨੂੰ ਅਸੀਂ ਹੋਰ ਵਧੀਆ ਤਰੀਕੇ ਨਾਲ, ਹੋਰ ਵਧੀਆ ਪ੍ਰੋਡਕਸ਼ਨ ਦੇ ਨਾਲ ਅੱਗੇ ਲੈ ਕੇ ਜਾਵਾਂਗੇ। ਪਰ ਤੁਹਾਡਾ ਸਾਥ ਬਹੁਤ ਜ਼ਰੂਰੀ ਆ। ਵੀਡੀਓਜ਼ ਨੂੰ ਪਿਆਰ ਜ਼ਰੂਰ ਦਿਆ ਕਰੋ, ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਜਾਇਓ, ਲਾਈਕ ਜ਼ਰੂਰ ਕਰਕੇ ਜਾਇਓ। ਵੀਡੀਓਜ਼ ਬਹੁਤ ਆਉਣਗੀਆਂ ਜੱਗੀ ਟੀਵੀ 'ਤੇ ਵੀ, ਪਟਿਆਲਾ ਪਿਕਚਰਸ 'ਤੇ ਵੀ। ਸੋ ਬਣੇ ਰਹੋ, ਸਾਥ ਬਣਾਏ ਰੱਖੋ। ਸਤਿ ਸ਼੍ਰੀ ਅਕਾਲ, ਪਟਿਆਲਾ ਪਿਕਚਰ ਸਬਸਕ੍ਰਾਈਬ ਕਰ ਲਿਓ। ਡਨ।